ਤੱਕ ਇੱਥੇ ਮੈਂ ਕੱਲ ਇੱਕ ਗੱਲ ਦੱਸੀ ਸੀ ਪ੍ਰੋਗਰਾਮ ਦੇ ਵਿੱਚ ਕਿ ਸਾਡੇ ਭਾਰਤ ਵਿੱਚ ਸਾਡੇ ਪੰਜਾਬ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੇ ਸਭ ਤੋਂ ਵੱਧ ਅਕਲ ਵਾਲੇ ਸਭ ਤੋਂ ਵੱਧ ਸਿਆਣੇ ਟੈਲੈਂਟਡ ਲੋਕ ਨੇ ਉਹ ਜਾਂ ਡਾਕਟਰ ਬਣਦੇ ਆ ਜਾਂ ਟੈਕਨੀਸ਼ੀਅਨ ਬਣਦੇ ਆ ਟੈਕਨੋਕਰੇਟ ਬਣਦੇ ਨੇ ਉਹਨਾਂ ਤੋਂ ਜਿਹੜੇ ਥੋੜੇ ਜੇ ਘੱਟ ਖੇਚਲ ਕਰਨੀ ਜਾਣਦੇ ਆ ਉਹ ਆਰਟਸ ਗਰੁੱਪ ਰੱਖਦੇ ਆ ਤੇ ਮੁੜ ਕੇ ਯੂਪੀਐਸਸੀ ਕਲੀਅਰ ਕਰਕੇ ਉਹ ਕਰਕੇ ਦੇ ਵੱਡੇ ਅਫਸਰ ਬਣਦੇ ਆ ਤੇ ਆਪਣੇ ਤੋਂ ਵੱਧ ਸਿਆਣੇ ਡਾਕਟਰਾਂ ਤੇ ਟੈਕਨੋਕਰੇਟਾਂ ਦੇ ਉੱਤੇ ਹੁਕਮ ਚਲਾਉਂਦੇ ਆ ਸਾਇੰਸਦਾਨਾਂ ਤੇ ਹੁਕਮ ਚਲਾਉਂਦੇ ਆ ਜਿਹੜੇ ਇਹਨਾਂ ਅਫਸਰਾਂ ਨਾਲੋਂ ਵੀ ਘੱਟ ਪੜੇ ਹੁੰਦੇ 10ਵੀਂ 12ਵੀਂ ਤੋਂ ਜਾ ਕੇ ਮੁੜ ਕੇ ਕਾਲਜ ਛੱਡ ਦਿੰਦੇ ਆ ਜਾਂ ਨਕਲ ਨਕਲ ਮਾਰ ਕੇ ਇੱਧਰ ਉੱਧਰ ਪਰਚੇ ਲੈਂਦੇ ਆ ਉਹ ਫਿਰ ਲੀਡਰ ਬਣਦੇ ਆ ਮੰਤਰੀ ਬਣਦੇ ਆ ਤੇ ਉਹਨਾਂ ਡਾਕਟਰਾਂ ਜਿਨ੍ਹਾਂ ਦੇ ਉੱਤੇ ਵੀ ਹੁਕਮ ਚਲਾਉਂਦੇ ਆ ਤੇ ਅਫਸਰਾਂ ਤੇ ਵੀ ਯਾਨੀ ਆਪਣੇ ਤੋਂ ਵੱਧ ਪੜਿਆਂ ਦੇ ਚਲਾਉਂਦੇ ਆ ਤੇ ਜਿਹਨੂੰ ਕੱਖ ਨਹੀਂ ਆਉਂਦਾ ਮਹਾਨ ਨਰੇਕ ਹੁੰਦਾ ਪੰਜਵੀਂ ਛੇਵੀਂ ਚੋਂ ਹਟ ਜਾਂਦਾ ਜਾਂ ਕਦੇ ਸਕੂਲ ਦਾ ਮੂੰਹ ਨਹੀਂ ਵੇਖਿਆ ਹੁੰਦਾ ਉਹ ਸਾਧ ਬਣ ਜਾਂਦਾ ਡੇਰਾਇ ਕਾਪੇ ਖੋਲ ਲਿੰਦਾ ਤੇ ਇਹ ਜਿੰਨੇ ਪੜ੍ਹੇ ਲਿਖੇ ਲੋਕ ਨੇ ਜਿੰਨੇ ਸਿਆਣੇ ਨੇ ਡਾਕਟਰ ਵੀ ਟੈਕਨੀਸ਼ੀਅਨ ਵੀ ਜਿਹੜੇ ਅੱਗੇ ਨੇ ਵੱਡੇ ਵੱਡੇ ਅਫਸਰ ਵੀ ਮੰਤਰੀ ਵੀ ਵਾਕਤ ਉਹਦੇ ਚਰਨਾਂ ਤੇ ਸਿਰ ਸਿਰ ਰੱਖ ਕੇ ਮੱਥਾ ਟੇਕ ਦਿਆ ਤੇ ਜਿਹੜੇ ਦੇਸ਼ ਦੇ ਵਿੱਚ ਇਹ ਕੋਈ ਚੱਲਦਾ ਹੋਵੇ ਉੱਥੇ ਬੱਚੇ ਪੜਾ ਕੇ ਕਿਸੇ ਨੇ ਲੈਣਾ ਕੀ ਹੈ ਇਹਦੇ ਨਾਲੋਂ ਬਿਹਤਰ ਨਹੀਂ ਕਿ ਛੋਟੇ ਹੁੰਦਿਆਂ ਨਹੀਂ ਉਹਨੂੰ ਸਾਥ ਬਣਨ ਦੀ ਪ੍ਰੈਕਟਿਸ ਕਰਾਈ ਜਾਵੇ ਸਭ ਤੋਂ ਸੌਖਾ ਫਾਰਮੂਲਾ ਕਿ ਕਰਨਾ ਨਹੀਂ ਕਰਾਉਣਾ ਨਹੀਂ ਬਸ ਕਮਾਉਣਗੇ ਲੋਕ ਤੇ ਖਾਵਾਂਗੇ ਆਪਾਂ ਉਹ ਜਿਹੜਾ ਫਾਰਮੂਲਾ ਉਹਨੇ ਇੰਨੀ ਮौज ਬਣਾਈ ਪਈ ਆ ਕਿ ਲੋਕੀ ਹੁਣ ਰਾਜਨੀਤੀ ਤੋਂ ਵੀ ਦੁਖੀ ਹੋਏ ਪਿਆ